ਗੱਲ ਜ਼ਰੂਰੀ ਨਹੀਂ ਕਿ ਪਿੰਡਾਂ ਵਿੱਚ ਸਿਰਫ ਸਾਦਾ ਭੋਜਨ ਹੀ ਬਣਦਾ ਹੈ। ਜਦੋਂ ਗੱਲ ਆਉਂਦੀ ਉਹਨਾਂ ਦੇ ਹੱਥਾਂ ਵਿੱਚਲੀ ਕਲਾ ਤੇ ਬਣਾਉਣ ਦੇ ਤਰੀਕੇ ਦੀ, ਤਾਂ ਉਹ ਖਾਲਸ ਚੀਜ਼ ਦਾ ਬਹੁਤ ਖਿਆਲ ਰੱਖਦੇ ਨੇ। ਅਤੇ ਅੱਜ ਵੀ ਅਸੀਂ ਨੰਦਾ ਚੌਰ ਪਿੰਡ ਦੇ ਰਾਜਵਿੰਦਰ ਕੌਰ ਜੀ ਕੋਲੋਂ ਸਿੱਖਣ ਆਏ ਹਾਂ ਬੈਂਗਣ ਅਤੇ ਵੜੀਆਂ ਦੀ ਸਬਜ਼ੀ, ਤੇ ਉਸ ਨੂੰ ਬਣਾਉਣ ਦਾ ਤਰੀਕਾ ਕੀ ਹੈ, ਆਓ ਵੇਖੀਏ ਸੈਗਮੈਂਟ ਪੇਂਡੂ ਤੜਕਾ ਵਿੱਚ। ਸਤਿ ਸ਼੍ਰੀ ਅਕਾਲ ਰਾਜਵਿੰਦਰ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਇੰਨੀ ਸਾਰੀ ਤਿਆਰੀ ਕੀ ਕਰੀ ਬੈਠੇ ਹੋ? ਭੈਣ ਜੀ ਅੱਜ ਮੈਂ ਬੈਂਗਣ ਬੜੀਆਂ ਦੀ ਸਬਜ਼ੀ ਬਣਾ ਰਹੀ ਹਾਂ। ਮੇਰੇ ਵਾਸਤੇ? ਹਾਂਜੀ ਭੈਣ ਜੀ। ਤੁਸੀਂ ਤਾਂ ਘਰਦਿਆਂ ਨੂੰ ਫਿਰ ਬੜਾ ਕੁਝ ਬਣਾ ਕੇ ਖਵਾਉਂਦੇ ਹੋ। ਹਾਂਜੀ ਭੈਣ ਜੀ। ਫਿਰ ਤਾਂ ਤੁਹਾਡੀ ਸੱਸ ਵੀ ਬੜੀ ਖੁਸ਼ ਰਹੇਗੀ। ਹਾਂਜੀ। ਤੇ ਆਓ ਫਿਰ ਸ਼ੁਰੂ ਕਰੀਏ ਸਬਜ਼ੀ ਬਣਾਉਣਾ। ਹਾਂਜੀ। ਤੁਸੀਂ ਵੀ ਨੋਟ ਕਰਨਾ ਸ਼ੁਰੂ ਕਰ ਦਿਓ ਜੇ ਤੁਸੀਂ ਸਿੱਖਣਾ ਚਾਹੁੰਦੇ ਹੋ ਬੈਂਗਣ ਤੇ ਵੜੀਆਂ ਦੀ ਸਬਜ਼ੀ। ਕਾਪੀ ਪੈਨ ਤਿਆਰ ਹੈ। ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ ਇਸ ਨੂੰ ਬਣਾਉਣ ਲਈ ਸਾਨੂੰ ਕੀ ਕੀ ਸਮਾਨ ਚਾਹੀਦਾ ਹੈ? ਬੈਂਗਣ ਹੈ। ਹਾਂਜੀ। ਉਸ ਤੋਂ ਬਾਅਦ ਬੜੀਆਂ, ਪਿਆਜ਼, ਅਦਰਕ, ਨਮਕ, ਜੀਰਾ, ਹਲਦੀ, ਮੇਥੀ, ਸੌਂਫ, ਦਹੀਂ, ਹਿੰਗ। ਹਾਂਜੀ। ਤੇ ਹਰੀ ਮਿਰਚ। ਤੇ ਆਓ ਫਿਰ ਸ਼ੁਰੂ ਕਰੀਏ। ਹਾਂਜੀ। ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ? ਸਭ ਤੋਂ ਪਹਿਲਾਂ ਅਸੀਂ ਕੜਾਹੀ ਚੁੱਲ੍ਹੇ 'ਤੇ ਰੱਖ ਕੇ ਇਹਦੇ ਵਿੱਚ ਸਰ੍ਹੋਂ ਦਾ ਤੇਲ ਪਾਵਾਂਗੇ। ਹਾਂਜੀ। ਹੁਣ ਅਸੀਂ ਕੀ ਕਰਾਂਗੇ? ਹੁਣ ਇਹਦੇ ਵਿੱਚ ਅਸੀਂ ਬੜੀਆਂ ਤਲਾਂਗੇ। ਕਿੰਨੀ ਕੁ ਦੇਰ ਤਲਾਂਗੇ ਅਸੀਂ ਇਹਨਾਂ ਨੂੰ ਤੇਲ ਵਿੱਚ? ਇਹਨਾਂ ਨੂੰ ਭੈਣ ਜੀ 2-3 ਮਿੰਟ। ਰਾਜਵਿੰਦਰ ਜੀ, ਅਸੀਂ ਵੜੀਆਂ ਨੂੰ ਤਲ ਕਿਉਂ ਰਹੇ ਹਾਂ? ਤਲਣਾ ਥੋੜ੍ਹੀਆਂ ਖਸਤਾ ਹੋ ਜਾਂਦੀਆਂ ਔਰ ਜ਼ਿਆਦਾ ਸਵਾਦ ਹੋ ਜਾਂਦੀਆਂ। ਇਹ ਚੀਜ਼ ਤੁਸੀਂ ਵੀ ਨੋਟ ਕਰ ਲਓ ਕਿ ਵੜੀਆਂ ਨੂੰ ਤਲਣ ਨਾਲ ਸਬਜ਼ੀ ਦਾ ਸਵਾਦ ਦੋਗਣਾ ਹੋ ਜਾਂਦਾ ਅਤੇ ਵੜੀਆਂ ਵਿੱਚ ਖੜੀਆਂ ਰਹਿੰਦੀਆਂ ਨੇ। ਅਤੇ ਹੁਣ ਕੱਢ ਲਈ ਇਹਨਾਂ ਨੂੰ? ਹਾਂਜੀ। ਸਾਡੀ ਵੜੀਆਂ ਤਾਂ ਹੋ ਗਈਆਂ ਤਿਆਰ, ਹੁਣ ਅਸੀਂ ਅਗਲਾ ਕੀ ਕਰਾਂਗੇ? ਹੁਣ ਭੈਣ ਜੀ ਇਹਦੇ ਵਿੱਚ ਜੀਰਾ ਅਤੇ ਹਿੰਗ ਭੁੰਨਾਂਗੇ ਤੇਲ ਦੇ ਵਿੱਚ। ਹਾਂਜੀ। ਠੀਕ ਹੈ ਜੀ। ਤੇਲ ਜ਼ਿਆਦਾ ਇਸ ਕਰਕੇ ਥੋੜ੍ਹਾ ਜਿਹਾ ਕੱਢ ਦੇ। ਜੀਰਾ ਤੋਂ ਬਾਅਦ ਅਸੀਂ ਪਿਆਜ਼ ਪਾਵਾਂਗੇ। ਹਾਂਜੀ। ਤੋਂ ਬਾਅਦ ਅਸੀਂ ਅਦਰਕ ਪਾਵਾਂਗੇ। ਖੁਸ਼ਬੂ ਤਾਂ ਬਹੁਤ ਹੀ ਵਧੀਆ ਹੈ। ਇਸ ਤੋਂ ਬਾਅਦ ਅਸੀਂ ਕੀ ਪਾਵਾਂਗੇ ਇਸ ਵਿੱਚ? ਇਸ ਤੋਂ ਬਾਅਦ ਭੈਣ ਜੀ ਅਸੀਂ ਨਮਕ ਪਾਵਾਂਗੇ, ਮਤਲਬ ਮਸਾਲੇ ਪਾਵਾਂਗੇ। ਹਾਂਜੀ, ਮਸਾਲੇ ਪਾਵਾਂਗੇ। ਥੋੜ੍ਹਾ ਜਿਹਾ ਲੂਣ ਪਾਵਾਂਗੇ, ਹਲਦੀ। ਇਸ ਤੋਂ ਬਾਅਦ ਅਸੀਂ ਹੁਣ ਹਰੀ ਮਿਰਚ ਪਾਵਾਂਗੇ। ਹਰੀ ਮਿਰਚ ਸਬਜ਼ੀ 'ਚ ਤਿੱਖਾਪਣ ਲਿਆਉਣ ਲਈ। ਇਸ ਤੋਂ ਬਾਅਦ ਹੁਣ ਅਸੀਂ ਲਾਲ ਮਿਰਚ ਪਾਵਾਂਗੇ। ਇਸ ਤੋਂ ਬਾਅਦ ਫਿਰ ਹੁਣ ਅਸੀਂ ਦਹੀਂ ਪਾਵਾਂਗੇ। ਦਹੀਂ ਕਿੰਨੀ ਕੁ ਪਾਵਾਂਗੇ ਅਸੀਂ? ਇੱਕ ਕਟੋਰੀ। ਇੱਕ ਕਟੋਰੀ ਦਹੀਂ। ਹੁਣ ਮਸਾਲਾ ਹੈ ਸਾਰਾ ਭੁੱਜ ਗਿਆ। ਇਸ ਤੋਂ ਬਾਅਦ ਮੈਂ ਇੱਥੇ ਬੈਂਗਣ ਪਾਵਾਂਗੀ। ਬੈਂਗਣ ਪਾਵਾਂਗੇ। ਹਾਂਜੀ। ਬੈਂਗਣ ਜੋ ਅਸੀਂ ਪਾਣੀ 'ਚ ਪਹਿਲਾਂ ਹੀ ਭਿਗੋ ਕੇ ਰੱਖੇ ਹੋਏ ਸੀ। ਹਾਂਜੀ। ਬੈਂਗਣ ਨੂੰ ਅਸੀਂ ਇਸ ਮਸਾਲੇ ਵਿੱਚ ਕਿੰਨੀ ਕੁ ਦੇਰ ਲਈ ਪਕਾਉਣਾ? ਇਹ ਭੈਣ ਜੀ ਇਹ ਬੈਂਗਣ ਨੂੰ ਅਸੀਂ 15 ਕੁ ਮਿੰਟ ਪਕਾਉਣਾ। 15 ਮਿੰਟ। ਹਾਂਜੀ। ਅਸੀਂ ਪੂਰੀ ਤਰ੍ਹਾਂ ਬੈਂਗਣਾਂ ਨੂੰ ਗਲਾ ਦਾਂਗੇ ਮਸਾਲੇ 'ਚ। ਹਾਂਜੀ। ਇਹਨੂੰ ਪਕਾਉਣ ਲਈ ਅਸੀਂ ਥੋੜ੍ਹਾ ਜਿਹਾ ਪਾਣੀ ਵੀ ਪਾ ਸਕਦੇ। ਪਾਣੀ ਵੀ ਪਾ ਸਕਦੇ? ਹਾਂਜੀ। ਜਦ ਤੱਕ ਇਹ ਬੈਂਗਣ ਪੱਕਦੇ ਨੇ, ਰਾਜਵਿੰਦਰ ਜੀ ਤੁਸੀਂ ਮੈਨੂੰ ਇਹ ਦੱਸੋ ਕਿ ਖਾਣਾ ਬਣਾਉਣ ਤੋਂ ਇਲਾਵਾ ਤੁਹਾਨੂੰ ਹੋਰ ਕੀ ਸ਼ੌਕ ਨੇ? ਭੈਣ ਜੀ ਖਾਣਾ ਬਣਾਉਣ ਤੋਂ ਇਲਾਵਾ ਸਿਲਾਈ ਕਢਾਈ ਦਾ ਸ਼ੌਕ ਹੈ ਅਤੇ ਕਿਤਾਬਾਂ ਪੜ੍ਹਨੀਆਂ। ਕਿਤਾਬਾਂ ਪੜ੍ਹਨਾ? ਅਤੇ ਲੱਗਦਾ ਸਾਡੇ ਬੈਂਗਣ ਵੀ ਬਿਲਕੁਲ ਤਿਆਰ ਨੇ। ਸਾਡੇ ਬੈਂਗਣ ਤਾਂ ਹੁਣ ਤਿਆਰ ਆ, ਹੁਣ ਅਸੀਂ ਸੌਂਫ ਪਾਉਣ ਲੱਗੇ। ਜ਼ਰੂਰ। ਸੌਂਫ ਨਾਲ ਸਬਜ਼ੀ ਦਾ ਸਵਾਦ ਹੋਰ ਵੱਧ ਜਾਏਗਾ। ਹਾਂਜੀ। ਤੁਸੀਂ ਵੇਖ ਰਹੇ ਹੋ ਕਿ ਕਿੰਨੇ ਸਾਰੇ ਮਸਾਲੇ ਪਏ ਇਸ ਸਬਜ਼ੀ ਦੇ ਵਿੱਚ ਅਤੇ ਕਿੰਨੀ ਕੁ ਸਵਾਦ ਬਣੇਗੀ ਇਹ ਸਬਜ਼ੀ। ਹੁਣ ਭੈਣ ਜੀ ਬੈਂਗਣ ਦਾ ਤਿਆਰ ਹੋਇਆ, ਹੁਣ ਅਸੀਂ ਇਹਦੇ ਵਿੱਚ ਬੜੀਆਂ ਪਾਵਾਂਗੇ। ਹੁਣ ਅਸੀਂ ਇਸ ਵਿੱਚ ਬੜੀਆਂ ਪਾਵਾਂਗੇ? ਹਾਂਜੀ। ਅੱਛਾ, ਤੁਸੀਂ ਮੈਨੂੰ ਇਹ ਦੱਸੋ ਕਿ ਵੜੀਆਂ ਦੇ ਵਿੱਚ ਮਸਾਲਾ ਪਹਿਲੇ ਤੋਂ ਹੀ ਹੁੰਦਾ ਹੋਏਗਾ? ਹਾਂਜੀ। ਸਾਡੀ ਸਬਜ਼ੀ ਨੂੰ ਹੋਰ ਕਿੰਨੀ ਕੁ ਦੇਰ ਲੱਗੇਗੀ? ਬਸ ਭੈਣ ਜੀ ਸਬਜ਼ੀ ਬਿਲਕੁਲ ਤਿਆਰ ਹੈ, ਇਹਦੇ ਵਿੱਚ ਹੁਣ ਅਸੀਂ ਮੇਥੀ ਪਾਵਾਂਗੇ ਥੋੜ੍ਹੀ ਜਿਹੀ। ਲਓ ਜੀ, ਲੱਗਦਾ ਸਾਡੀ ਸਬਜ਼ੀ ਤਾਂ ਬਿਲਕੁਲ ਤਿਆਰ ਹੋ ਗਈ ਹੈ। ਹੁਣ ਤਾਂ ਬਸ ਮੈਨੂੰ ਛੇਤੀ ਛੇਤੀ ਖਾਣ ਨੂੰ ਦੇ ਦਿਓ। ਹਾਂਜੀ। ਲਓ ਜੀ ਭੈਣ ਜੀ ਸਵਾਦ ਚੱਕੋ।
मैं तो इस तिखी ते मसालेदार सब्जी नु जरूर चखांगी, पर उस तो पहले तुसी नोट कर लो एक बार फिर कि ए सब्जी किस तरह तैयार हुई। वाह जी वाह, बड़ी ही तिखी ते मसालेदार बनी है सब्जी कि खा के स्वाद आ गया। ਧੰਨਵਾਦ ਰਾਜਵਿੰਦਰ ਜੀ ਕਿ ਤੁਸੀਂ ਸਾਨੂੰ ਇੰਨੀ ਸਵਾਦ ਸਬਜ਼ੀ ਬਣਾ ਕੇ ਸਿਖਾਈ। ਤੁਹਾਡਾ ਵੀ ਧੰਨਵਾਦ ਜੀ। ਚੈਨਲ ਪੰਜਾਬ, ਸ਼ਾਨ ਪੰਜਾਬ ਦੀ।